ਤੋਂ ਲੈ ਕੇ ਜਿਉਂ ਜਿਉਂ ਉਹ ਕੰਪਲੀਕੇਟਡ ਦੇਹ ਤੌਰ ਤੇ ਵਿਕਸਿਤ ਹੋ ਚੁੱਕਾ ਮਨੁੱਖ ਤੱਕ ਸਭ ਤੋਂ ਵਿਕਸਿਤ ਉਹ ਆਲੇ ਦੁਆਲੇ ਦੇਖਦਾ, ਉਹ ਆਲੇ ਦੁਆਲੇ ਜੋ ਥੋੜ੍ਹਾ ਬਹੁਤ ਕਿਸੇ ਨਾ ਕਿਸੇ ਹੱਦ ਤੱਕ ਉਹਨੂੰ ਮਹਿਸੂਸ ਕਰਦਾ। ਇੱਕ ਮਨੁੱਖ ਦੇ ਤੌਰ ਤੇ ਆਪਾਂ ਦੇਖ ਸਕਦੇ ਜੇ ਇੱਥੇ ਕਾਰ ਖੜੀ ਆ ਬਾਹਰ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਰ ਨਹੀਂ ਹੈ। ਕਾਰ ਇੱਕ ਹਕੀਕਤ ਹੈ, ਆਪਾਂ ਨੂੰ ਇਹ ਵੀ ਪਤਾ ਕਿ ਇਹ ਫੋਕਸਵੈਗਨ ਦੀ ਹੈ, ਇਹ ਮਰੂਤੀ ਦੀ ਹੈ, ਕਿਹੜੀ ਹੈ ਸਾਨੂੰ ਪਤਾ। ਇਹ ਜਿਹੜੀ ਹਕੀਕਤ ਹੈ ਇਹਦੇ ਬਾਰੇ ਅਸਲ 'ਚ ਜਦੋਂ ਦੋ ਵਿਚਾਰ ਬਣਦੇ ਹਨ ਉੱਥੋਂ ਦੋ ਫਿਲੋਸਫੀ ਦੀਆਂ ਦੋ ਧਾਰਾਵਾਂ ਸ਼ੁਰੂ ਹੁੰਦੀਆਂ। ਪਦਾਰਥਵਾਦ, ਪਦਾਰਥ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ, ਪਦਾਰਥ ਇੱਕ ਫਿਲੋਸਫੀਕਲ ਜਾਂ ਦਾਰਸ਼ਨਿਕ ਕੈਟੇਗਰੀ ਹੈ ਜਿਹੜੀ ਕਿ ਅਸਲ 'ਚ ਪੂਰੇ ਬ੍ਰਹਿਮੰਡ ਦੇ ਬਾਰੇ ਇਹ ਸਾਡੇ ਦਿਮਾਗ ਵਿੱਚ ਇੱਕ ਪਿਕਚਰ ਬਣਾਉਂਦੀ ਹੈ, ਪਰ ਇਹ ਸਾਡੇ ਦਿਮਾਗ ਤੋਂ ਬਾਹਰ ਮੌਜੂਦ ਹੈ। ਜੇ ਮੈਂ ਨਾ ਵੀ ਹੋਵਾਂ, ਜਦੋਂ ਮੈਂ ਨਹੀਂ ਸੀ ਕੱਲ੍ਹ ਮੈਂ ਮਰ ਵੀ ਗਿਆ, ਇਹ ਹਕੀਕਤ ਹੈ, ਉਹਨੇ ਹੋਏ ਇਹ ਹਕੀਕਤ ਹੈ। ਇਸ ਹਕੀਕਤ ਦੇ ਨਾਲ ਮੈਂ ਜਦੋਂ ਮਨੁੱਖ ਦੇ ਤੌਰ 'ਤੇ ਜਾਂ ਕੋਈ ਵੀ ਮਨੁੱਖ ਬਾਅਦ ਵਿੱਚ ਜਾਂਦਾ ਉਹਦੇ ਨਾਲ ਉਹਦੇ ਦਿਮਾਗ ਵਿੱਚ ਉਹਦਾ ਰਿਫਲੈਕਸ਼ਨ ਹੁੰਦਾ, ਵੱਖ ਵੱਖ ਰਿਫਲੈਕਸ਼ਨ ਹੈ। ਸੁਣਦ ਕੰਨ ਦੇ ਰਾਹੀਂ ਕੋਈ ਆਵਾਜ਼ ਸੁਣਾਈ ਦਿੰਦੀ ਹੈ, ਅੱਖਾਂ ਰਾਹੀਂ ਮੈਨੂੰ ਨਜ਼ਰ ਆਉਂਦਾ, ਨੱਕ ਰਾਹੀਂ ਮੈਂ ਸੁਣ ਸਕਦਾ। ਇਹਦੇ ਵੱਖ ਵੱਖ ਜਿਹੜੇ ਮੇਰੇ ਸਰੀਰ ਦੇ ਜਿੰਨੇ ਅੰਗ ਹੈ ਉਹ ਆਪਣੇ ਉਹਦੇ ਨਾਲ ਯੂਨੀਵਰਸ ਜਿਹੜਾ ਸੰਸਥਾ ਹੈ ਬਾਹਰ ਸਾਡਾ ਹਕੀਕਤ ਹੈ ਉਹਦੇ ਨਾਲ ਇਹ ਇੰਟਰੈਕਟ ਕਰਦੇ ਆ, ਉਹਦੇ ਨਾਲ ਆਦਾਨ ਪ੍ਰਦਾਨ ਕਰਦੇ ਆ, ਉਹਦੇ ਰਿਫਲੈਕਸ਼ਨ ਸਾਡੇ ਦਿਮਾਗ ਵਿੱਚ ਬਣਦੇ ਆ। ਇਹਨੂੰ ਅਗਲਾ ਨੁਕਤਾ ਕੀ ਹੈ ਕਿ ਇਹ ਜੋ ਰਿਫਲੈਕਸ਼ਨ ਬਣਦੇ ਆ ਉਹ ਸਹੀ ਹੈ ਜਾਂ ਕਾਲਪਨਿਕ ਹੈ। ਪਦਾਰਥਵਾਦ ਇਹ ਕਹਿੰਦਾ ਕਿ ਜੋ ਰਿਫਲੈਕਸ਼ਨ ਬਣਦੇ ਆ ਇਹ ਹਕੀਕੀ ਹੈ। ਸਭ ਤੋਂ ਪਹਿਲੀ ਗੱਲ ਜੋ ਅਸੀਂ ਦੇਖਦੇ ਹਾਂ ਉਹ ਹਕੀਕਤ ਹੈ, ਦੂਜੀ ਗੱਲ ਜੋ ਸਾਡੇ ਦਿਮਾਗ ਵਿੱਚ ਰਿਫਲੈਕਸ਼ਨ ਬਣਦੇ ਆ ਤੇ ਜੋ ਪ੍ਰਤੀਬਿੰਬ ਬਣਦੇ ਆ ਉਹ ਸੱਚੇ ਹੈ, ਉਹ ਸਹੀ ਹੈ, ਬਿਲਕੁਲ ਸਹੀ ਹੈ ਜੋ ਅਸੀਂ ਦੇਖਦੇ ਹਾਂ। ਇਸ ਲਈ ਸਾਨੂੰ ਪਤਾ ਕਿ ਜਦੋਂ ਆਪਾਂ ਕਿਸੇ ਗਰਮ ਚੀਜ਼ ਦੇ ਉੱਤੇ ਆਪਾਂ ਅੱਗ ਨੂੰ ਹੱਥ ਹੋਰ ਤਰੀਕੇ ਨਾਲ ਪਾਵਾਂਗੇ, ਬਰਫ਼ ਨੂੰ ਹੋਰ ਤਰੀਕੇ ਨਾਲ ਪਾਵਾਂਗੇ, ਨੰਗੀ ਤਾਰ ਹੈ ਬਿਜਲੀ ਦੀ ਨੂੰ ਆਪਾਂ ਹੋਰ ਤਰੀਕੇ ਨਾਲ ਟੱਚ ਕਰਾਂਗੇ, ਅਤੇ ਜਿਹੜੀ ਤਾਰ ਤੁਹਾਡੇ ਕੋਲ ਇੰਸੂਲੇਟਡ ਹੈ ਉਹਨੂੰ ਹੋਰ ਤਰੀਕੇ ਨਾਲ ਟੱਚ ਕਰਾਂਗੇ। ਉਹਦਾ ਕਾਰਨ ਇਹ ਹੈ ਕਿ ਹਕੀਕਤ ਹੈ। ਜਿਹੜਾ ਬੰਦਾ ਇਹ ਕਹਿੰਦਾ ਵੀ ਨਹੀਂ ਹਕੀਕਤ ਹੈਗੀ, ਉਹਨੂੰ ਆਪਾਂ ਸਿੱਧਾ ਕਹਿ ਸਕਦੇ ਕਿ ਭਾਈ ਜਿਹੜੀ ਆਹ ਹਾਈ ਵੋਲਟ ਦੀ ਤਾਰ ਹੈ ਨਾ, ਐਚ ਡੀ ਲਾਈਨ ਹੈ, ਇਹਦੇ ਨਾਲ ਚੁੰਬੜ ਕੇ ਦਿਖਾਉਂਦੇ ਹਾਂ, ਠੀਕ ਹੈ ਨਾ, ਜਾਂ ਕੋਈ ਵੀ 20 ਮੰਜ਼ਲੀ ਇਮਾਰਤ ਹੈ ਉਹਨੂੰ ਛਾਲ ਮਾਰਦੇ, ਇਹ ਹਕੀਕਤ ਹੈ ਕਿ ਨਹੀਂ ਹੈ। ਹਕੀਕਤ ਹੈ, ਇਸ ਕਰਕੇ ਹਕੀਕਤ ਤੋਂ ਬੰਦਾ ਭੱਜੇਗਾ। ਤੁਹਾਡਾ ਰੋਜ਼ ਵਾਹ ਪੈਂਦਾ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ। ਇਹਦਾ ਐਗਜ਼ਾਮਪਲ ਦੇਣ ਦਾ ਮੇਰਾ ਮਕਸਦ ਕੀ ਹੈ ਕਿ ਅਸਲ ਵਿੱਚ ਇਹ ਬਾਹਰਮੁਖੀ ਹਕੀਕਤ ਹੈ, ਇਹ ਬਾਹਰਮੁਖੀ ਹਕੀਕਤ ਦੇ ਬਾਰੇ ਦੋ ਵਿਚਾਰ ਹੈ ਜਿਹੜੇ ਉਹ ਪੇਸ਼ ਕੀਤੇ ਜਾਂਦੇ ਆ, ਜਿਹਦੇ ਕਰਕੇ ਫਿਲੋਸਫੀ ਦੀਆਂ ਦੋ ਤਰ੍ਹਾਂ ਮਾਤੇ ਹਨ। ਪਦਾਰਥਵਾਦ, ਪਦਾਰਥ ਨੂੰ ਆਪਾਂ ਸਮਝ ਲਿਆ ਕਿ ਪਦਾਰਥ ਕੋਈ ਚੀਜ਼ ਨਹੀਂ ਹੈ, ਪਦਾਰਥ ਸਮਝਿਆ ਦਾਰਸ਼ਨਿਕ ਧਾਰਨਾ ਹੈ। ਇਸੇ ਲਈ ਦਾਰਸ਼ਨਿਕ ਧਾਰਨਾ ਬਾਰੇ ਇੱਕ ਗੱਲ ਮੈਂ ਅੱਗੇ ਸਪਸ਼ਟ ਕਰ ਦੇਵਾਂ, ਇਹ ਦਾਰਸ਼ਨਿਕ ਧਾਰਨਾ ਬਾਰੇ ਇੱਕ ਵੱਡੀ ਬਹਿਸ ਚੱਲੀ ਹੈ 20ਵੀਂ ਸਦੀ ਦੇ ਵਿੱਚ, 19ਵੀਂ ਸਦੀ ਵਿੱਚ ਵੀ ਇਹਨੂੰ ਬਹੁਤ ਚੁਣੌਤੀ ਦਿੱਤੀ ਗਈ ਹੈ ਅਤੇ 20ਵੀਂ ਸਦੀ ਵਿੱਚ ਖਾਸ ਕਰਕੇ ਦਿੱਤੀ ਗਈ ਹੈ। ਉਹ ਇਹ ਹੈ ਕਿ ਜਿਹੜਾ ਵਿਗਿਆਨ ਹੈ, ਵਿਗਿਆਨ ਤਾਂ ਕਾਹ ਤੋਂ ਕਾਹ ਜਿਹੜੇ ਮੈਟਰ ਦੇ ਅੱਗੇ ਜੋ ਪਦਾਰਥ ਹੈ ਇਹਦੇ ਜਿਹੜੇ ਤੱਤ ਹੈ ਉਹਨੂੰ ਵਿਖੇਰਦਾ ਜਾ ਰਿਹਾ ਹੈ, ਉਹਨੂੰ ਹੋਰ ਜ਼ਿਆਦਾ ਗਾਹ ਤੋਂ ਗਾਹ ਤੋਂ ਤੇ ਸਾਨੂੰ ਇਹ ਫ੍ਰੀ ਆਫ ਕੋਸਟ ਭੇਜੇ ਨੇ ਜਿਹੜੇ DFO ਨੇ, ਡਿਸਟ੍ਰਿਕਟ ਫੋਰੈਸਟ ਅਫਸਰ ਇੱਥੋਂ ਆਪਣੇ ਰੋਪੜ ਰੇਂਜ ਦੇ ਅਮਿਤ ਚੌਹਾਨ ਜੀ ਅਤੇ ਗੁਰਜੋਤ ਜੀ ਇੱਥੇ IC ਨਰਸਿੰਗ ਇੰਚਾਰਜ ਲੈ ਕੇ, ਉਹਨਾਂ ਵੱਲੋਂ ਸੁਨੇਹਾ ਜੀ ਇੱਕ ਕਿ ਬਾਬਾ ਨਾਨਕ ਸਾਹਿਬ ਦੀ ਗੱਲ ਬਹੁਤ ਹੋਈ ਹੈ ਸਵੇਰ ਦੀ, ਉਹਨਾਂ ਦਾ ਜਿਹੜਾ ਹੁਣ ਕੱਤਕ ਦੀ ਪੂਰਨਿਮਾ ਸੀ ਜੋ ਜਨਮ ਦਿਨ ਆ ਰਿਹਾ, 550 ਜਨਮ ਦਿਨ ਹੈ, ਉਸ ਨੂੰ ਲੈ ਕੇ ਗੌਰਮੈਂਟ ਵੱਲੋਂ ਇੱਕ ਸਕੀਮ ਹੈ ਕਿ ਹਰੇਕ ਪਿੰਡ ਦੇ ਵਿੱਚ 550 ਦਰਖਤ ਜਿਹੜਾ
ਬਾਬਾ ਨਾਨਕ ਸਾਹਿਬ ਦੇ 550 ਸਾਲਾ ਜਨਮ ਦਿਨ ਨੂੰ ਸਮਰਪਿਤ ਲਗਾਇਆ ਜਾਵੇ। ਜਿਹੜੇ ਮੈਂ ਨਾਮ ਬੋਲੇ ਨੇ, ਇਸ ਤੋਂ ਇਲਾਵਾ ਵੀ ਤੁਸੀਂ ਇੱਕ ਮੁਖਬਰ ਤੁਸੀਂ ਮੁੱਖ ਇੱਕ ਸ਼ਖਸੀਅਤਾਂ ਹੋ ਆਪਣੇ ਸਮਾਜ ਦੀਆਂ, ਆਪਣੇ ਆਪਣੇ ਇਲਾਕੇ ਦੀਆਂ, ਆਪਣੇ ਆਪਣੇ ਪਿੰਡ ਦੀਆਂ ਤੇ ਹੋਰ ਵੀ ਜਿਹੜੇ ਪਤਵੰਤੇ ਸਿੰਘ ਆਏ ਹੋਏ ਨੇ। ਚੌਹਾਨ ਸਾਹਿਬ ਵੱਲੋਂ ਵਣ ਵਿਭਾਗ ਵੱਲੋਂ ਸੁਨੇਹਾ ਵੀ ਜੇ ਤੁਸੀਂ ਕੋਈ ਪਿੰਡ ਗੋਦ ਨਹੀਂ ਲੈਣਾ ਚਾਹੋ, ਜਿਹੜੇ ਜਿਵੇਂ ਕਿ ਰੋਪੜ ਦੇ 72 ਪਿੰਡ ਨੇ ਫਿਲਹਾਲ ਇਸ ਦੇ ਵਿੱਚ, ਜਿਹੜਾ 73ਵਾਂ ਪਿੰਡ ਨਹੀਂ ਹੈ, ਤੁਸੀਂ ਆਪਣੇ ਵੱਲੋਂ ਕਰ ਸਕਦੇ ਹੋ ਤਾਂ ਤੁਹਾਨੂੰ ਨਰੇਗਾ ਜਿਹੜੇ ਕਰਮਚਾਰੀ ਨੇ, ਇੱਕ ਬੰਦਾ 100 ਬੂਟਿਆਂ ਪਿੱਛੇ ਸਰਕਾਰ ਨੇ ਡਿਊਟੀ ਲਾਉਣੀ ਹੈ ਉਹਦੀ, ਉਹਨਾਂ ਨੂੰ ਪਾਲਣ ਵਾਸਤੇ ਤੁਸੀਂ ਜਨਤਕ ਥਾਵਾਂ ਤੇ ਲਾ ਸਕਦੇ ਹੋ ਬੂਟੇ, ਤੇ ਨਰੇਗਾ ਕਰਮਚਾਰੀਆਂ ਦੀ ਡਿਊਟੀ ਬਣੂਗੀ, 100 ਪਿੱਛੇ ਇੱਕ ਮੈਂਬਰ ਮਿਲੇਗਾ ਉਹਨਾਂ ਨੂੰ ਸਾਂਭ ਸੰਭਾਲ ਵਾਸਤੇ। ਸੋ ਇਹ ਸੁਨੇਹਾ ਵੱਧ ਤੋਂ ਵੱਧ ਤੁਸੀਂ ਅੱਗੇ ਵੀ ਪਹੁੰਚਾਓ ਆਪਣੇ ਜਿਹੜੇ ਹੋਰ ਵੀ ਸੰਸਥਾਵਾਂ ਨੇ, ਕਿ 1 ਅਗਸਤ ਤੋਂ ਆਉਣ ਵਾਲੀ ਸ਼ੁਰੂਆਤ ਹੋਣੀ ਹੈ ਸਮਾਂ, ਜਿਹੜਾ 1 ਅਗਸਤ ਤੋਂ ਬਾਅਦ ਜਿਹੜਾ 550 ਬੂਟੇ ਲੈਣ ਦਾ, ਉਸ ਤੋਂ ਬਿਨਾਂ ਵੀ ਜਿਵੇਂ ਅਸੀਂ ਲੈ ਕੇ ਆਏ ਹਾਂ ਬੂਟੇ, ਹੁਣ ਇਹ 100 ਬੂਟੇ ਨੇ, ਜੇ ਐਵਰੇਜ ਇਹਦੇ ਵਿੱਚ ਅੰਬ ਦੇ ਵੀ ਹੈ, ਜਾਮਣ ਦੇ ਵੀ ਹੈ, ਇਹਦੇ ਵਿੱਚ ਬਹੇੜਾ ਵੀ ਹੈ, ਇਹਦੇ ਵਿੱਚ ਟਾਹਲੀਆਂ ਵੀ ਨੇ, 100 ਰੁਪਇਆ ਵੀ ਬੂਟੇ ਦੀ ਕੀਮਤ ਲਾਈਏ ਪੜਿਆ ਹੋਇਆ ਬੂਟਾ ਘੱਟੋ ਘੱਟ 1.5-1.5 ਫੁੱਟ ਦਾ, 10,000 ਦਾ ਸਾਨੂੰ ਸਮਾਨ ਉਹਨੇ ਦੱਸਦਾ ਮਤਲਬ। ਸੋ ਸਰਕਾਰ ਦੀਆਂ ਕੁਛ ਚੰਗੀਆਂ ਗੱਲਾਂ ਵੀ ਨੇ ਜਿਹਨਾਂ ਨੂੰ ਅੱਗੇ ਪ੍ਰਸਾਰਨ ਦੀ ਲੋੜ ਹੈ, ਤੇ ਤੁਸੀਂ ਜਿਹੜੇ ਸਾਡੇ ਸਹਿਯੋਗੀ ਸੱਜਣੋ ਸਾਡੇ ਹਮਕਿਆਂ ਨੂੰ ਇਹਨੂੰ ਪ੍ਰਸਾਰ ਸਕਦੇ ਹੋ। ਸੋ ਕਿਸੇ ਨੇ ਵੀ ਲੈਣੀ ਹੋਵੇ ਇੱਕ ਵਾਰ ਦੁਆਰ ਤੋਂ ਬੇਨਤੀ ਹੈ ਕਿ DFO ਦਫ਼ਤਰ ਦੇ ਵਿੱਚ ਸਿੱਧਾ ਸੰਪਰਕ ਵੀ ਕਰ ਸਕਦਾ, ਜੇਕਰ ਨਹੀਂ ਬਣਦਾ ਤਾਂ ਸਾਡੇ ਸੁਸਾਇਟੀ ਦੇ ਮੈਂਬਰ ਰਾਹੀਂ ਗੁਰਜੋਤ ਜੀ ਦਾ ਨੰਬਰ ਅਸੀਂ ਦੇ ਸਕਦੇ ਹਾਂ, ਉਹ ਤੁਹਾਨੂੰ ਉਹਦਾ ਸੰਪਰਕ ਬਣਾ ਸਕਦੇ ਹਾਂ। ਸੋ ਇੰਨੀ ਕੁ ਬੇਨਤੀ ਸਾਡੀ, ਤੇ ਬੂਟੇ ਜ਼ਰੂਰ ਲੈ ਕੇ ਜਾਇਓ ਜੀ, ਸਾਡੀ ਪੈਕਿੰਗ ਚੱਲ ਰਹੀ ਹੈ, ਅਸੀਂ ਉਹਦੀ ਮਿੱਟੀ ਲੱਗੀ ਹੁੰਦੀ ਹੈ ਥੱਲੇ ਹੱਥ ਨਾਲ ਲੱਭਣੀ, ਇਸ ਕਰਕੇ ਅਸੀਂ ਕਾਗਜ਼ ਦੇ ਸੋਰੀ ਜਿਹੜੇ ਬਣੇ ਹੋਏ ਨੇ ਲਿਫਾਫੇ ਕੱਪੜੇ ਦੇ ਨਵੇਂ ਉਹਦੇ 'ਚ ਪਾ ਰਹੇ ਨੇ ਸਾਡੀ ਜਸਪਾਲ ਮਾਜਰੀ ਜੀ ਦੇ ਸਾਥੀ ਜੀ। ਸੋ ਬੂਟੇ ਨੇ ਕਮੈਂਟਾਂ ਦੇ ਤੌਰ 'ਤੇ ਜ਼ਰੂਰ ਲੈ ਕੇ ਜਾਓ, ਵੱਧ ਨਹੀਂ ਜਾਓ ਤਾਂ ਵੱਧ ਵੀ ਲੱਗੋ, ਪਰ ਬੂਟਾ ਲਗਾਉਣਾ ਜਿੰਨਾ ਵਧੀਆ ਕੰਮ ਹੈ, ਬੂਟਾ ਲਗਾ ਕੇ ਸਿੱਟਣਾ ਉਸ ਤੋਂ ਵੀ ਘਟੀਆ ਕੰਮ ਹੈ। ਜੇ ਕਿਸੇ ਨੂੰ ਲੱਗਦਾ ਕਿ ਸਮਰੱਥਾ ਨਹੀਂ ਹੈ, ਅਸੀਂ ਲਗਾ ਨਹੀਂ ਸਕਦੇ, ਅਸੀਂ ਪਾਲ ਨਹੀਂ ਸਕਦੇ, ਸੋ ਭਾਈ ਕਿਸੇ 'ਤੇ ਕੋਈ ਦਬਾਅ ਨਹੀਂ ਹੈ, ਉਹ ਛੱਡ ਸਕਦਾ ਨਾ ਲੱਗ ਜਾਵੇ, ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਕਿਸੇ ਨੂੰ ਜੋੜ ਦੇ ਸਕਦੇ, ਦੇ ਦਈਏ, ਚਾਹੇ ਆਪ ਕਿਤੇ ਪੰਜ ਲਾ ਦਈਏ, ਉਸ ਤਰ੍ਹਾਂ ਕਰਨਾ ਹੀ। ਜੇ ਕਿਸੇ ਜਣ ਨਹੀਂ ਪਾਲ ਸਕਦਾ, ਨਹੀਂ ਲਗਾ ਸਕਦਾ, ਤੁਸੀਂ ਕਿਰਪਾ ਕਰੀਏ ਨਾ ਹੀ ਲਿਓ ਤਾਂ ਵਧੀਆ ਜੀ। ਸੋ ਬੇਨਤੀ ਹੈ ਉਹ ਪਾਓ, ਲੈ ਕੇ ਜਾਓ, ਇਹ ਮੋਮੈਂਟੋ ਤੁਹਾਡੇ ਜਿਹੜੇ ਅਗਲੀਆਂ ਪੀੜ੍ਹੀਆਂ ਵੀ ਤਿਆਰ ਕਰਨਗੀਆਂ। ਮੋਮੈਂਟੋ ਕੀ ਹੈ, ਕਿੰਨਾ ਹੁੰਦਾ ਅਸੀਂ ਰੱਖ ਦਾਂਗੇ, 2-4 ਸਾਲ ਨੂੰ ਗੁਮਾ ਜਾਂਦਾ ਬੂਟਾ, ਤੁਹਾਡੇ ਪੋਤੇ ਤੁਹਾਡੇ ਪੋਤੇ ਦੱਸਿਆ ਕਰਨਗੇ, ਉੱਥੇ ਸਾਡੇ ਫੰਕਸ਼ਨ 'ਚ ਗਏ ਸੀ ਤੇ ਆਹ ਜਿਹੜਾ ਬੂਟਾ ਹੈਗਾ ਅਸੀਂ ਫਲ ਲੱਗਿਆ ਹੋਇਆ। ਸੋ ਇਹ ਇੱਕ ਮੋਮੈਂਟੋ ਕਿ ਆਹ ਕਿਸੇ ਨੇ ਮਿਲਿਆ ਸੀ ਸੁਸਾਇਟੀ ਵੱਲੋਂ, ਜਿਹੜਾ ਕਿ ਪੀੜ੍ਹੀ ਦਰ ਪੀੜ੍ਹੀ ਤੁਹਾਡੇ ਵਿਹੜੇ ਦੇ ਆ, ਤੁਹਾਡੇ ਖੇਤ ਦਾ, ਤੁਹਾਡੇ ਰਾਹ ਦਾ ਸੁਨਾਰ ਬਣਿਆ ਰਹੇ। ਸੋ ਇੰਨੀ ਗੱਲ ਕਹਿਣਾ ਹੋਇਆ ਖੂਨਾਂ ਦਾ ਯਾਦਗਾਰ ਜੀ, ਸਾਰਿਆਂ ਨੂੰ ਆਉਣ ਇੱਕ ਵਾਰ ਨਹੀਂ ਕੀ ਜਾਇਆ ਹਾਂ ਜੀ, ਆਇਆਂ ਨੂੰ ਫਿਰ ਤਾਂ ਸਾਡੀ ਸੁਸਾਇਟੀ ਦੀ ਗੱਲ ਉਹ ਪ੍ਰੋਬਲਮ ਹੁੰਦੀ। ਧੰਨਵਾਦ ਜੀ। ਦੂਜੀ ਗੱਲ, ਜਿਹੜਾ ਇਹਨਾਂ ਨੇ ਆਪਣਾ ਫਲਸਫੇ ਦੇ ਤੌਰ ਤੇ ਲਿਆ, ਉਹ ਸਾਰੇ ਦਾ ਸਾਰਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਦੇ ਵਿੱਚ ਲਿਆ, ਸਾਰੇ ਦਾ ਸਾਰਾ ਤਬਦੀਲੀ ਦੀ ਗੱਲ ਕੀਤੀ ਹੈ ਉਹਨਾਂ ਨੇ ਹਰੇਕ ਜਗ੍ਹਾ ਤੇ। ਪਹਿਲਾਂ ਉਹ ਦਿਹਾਤਵਾਦੀਆਂ ਨੂੰ ਸਵਾਲ ਕੀਤੇ ਆ, ਸਵਾਲ ਦਾ ਵਿਸ਼ਲੇਸ਼ਣ ਕਰਕੇ ਤੇ ਉਹਨਾਂ ਨੂੰ ਜਵਾਬ ਦਿੱਤੇ ਆ ਕਿ ਇਹਦਾ ਜਵਾਬ ਆ, ਉਹ ਥਾਂ ਥਾਂ ਮਿਲਦਾ ਆਪਾਂ ਨੂੰ, ਬੜਾ ਆਸਾਨ ਹੋ ਜਾਏ ਜੇ ਆਪਾਂ ਗੁਰੂ ਨਾਨਕ ਦੇਵ ਜੀ ਨੂੰ ਉਹਦੇ ਕੁਦਰਤ ਮਾਰਗ ਨੂੰ ਪਦਾਰਥ ਦੇ ਨਾਲ ਜੋੜ ਕੇ ਤੇ ਉਹਨਾਂ ਨੂੰ ਆਪਾਂ ਆਪਣੇ ਨਾਲ ਮਿਲਾ ਕੇ ਤੇ ਉਹਨਾਂ ਨੇ ਜੋ ਕਿਹਾ ਹਰ ਕਿਸੇ ਦੇ ਨਾਲੋਂ, ਮੇਰੇ ਖਿਆਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਵੱਧ ਕਰਤੀ। ਮਾਨ ਕਿਸੇ ਨੇ ਇਹ ਰੋੜੇ ਨਹੀਂ ਹਟਾਏ ਅਧਿਆਤਮਵਾਦ ਵਾਲੇ, ਇਹ ਗੁਰੂ ਨਾਨਕ ਨੇ ਹਟਾਏ ਆ। ਹੋਰ ਵੀ ਗੁਰੂ ਨਾਨਕ ਜੀ ਨੇ ਬਹੁਤ ਕੁਝ ਕਿਹਾ ਤੇ ਉਹ ਆਪਾਂ ਨੂੰ ਕਰਨਾ ਚਾਹੀਦਾ, ਤੇ ਬਾਕੀ ਸਵਾਲ ਜਿਹੜੇ ਹੈ ਜਦੋਂ ਜਵਾਬ ਜੀ।
ਉਹਦੀ ਦੂਰੀ ਸਰਕਾਰੀ ਜਿਹੜੀ ਵਣ ਵਿਭਾਗੀ ਆ ਤੇ ਡਿਸਟ੍ਰਿਕਟ ਪ੍ਰੋਫੈਸਰ ਸਰ ਅਮਿਤ ਚੌਹਾਨ ਜੀ ਵਾਸਤੇ ਜਿਹੜਾ ਹਿੰਦੀ ਦੀਆਂ ਕਿਤਾਬਾਂ ਦਾ ਸੈਟ ਸਨਮਾਨ ਵਾਸਤੇ ਤੇ ਉਹਨਾਂ ਸੁਨੇਹਾ ਵੀ ਦੇਵਾਂਗੇ ਥੋੜ੍ਹਾ। ਇੱਕ ਹੋਰ ਇਸ ਪ੍ਰੋਗਰਾਮ ਦੀ ਵਿਸ਼ੇਸ਼ਤਾ ਇਹ ਵੀ ਆਪਣੇ ਰੋਮੇ ਧਰਾਮੇ ਦੀਆਂ ਕਲਾਕਾਰ ਧਰਾਮਾਂ ਜੀ ਇਹਨਾਂ ਦਾ ਆਈਡੀਆ ਕਹਿੰਦੇ ਵੀ ਆਪਾਂ ਨੇ ਜਿਹੜੇ ਵੀ ਇੱਥੇ ਆਉਣਗੇ ਸਾਰਿਆਂ ਨੂੰ ਇੰਡੀਅਨ ਬੂਟਾ ਦੇਣਾ ਤਾਂ ਕਿ ਉਹ ਘਰਾਂ ਦਾ ਘੇਲਾ ਹੋਣ। ਤੇ ਇਹ ਵੀ ਇੱਕ ਰਿਪੋਰਟ ਹੋਰ ਵੀ ਆਈ ਸੀ, ਮੈਨੂੰ ਰਜਿੰਦਰ ਭਗਵਾਨ ਨੇ ਕਿਹਾ ਸੀ ਕਹਿੰਦੇ ਵੀ ਆਏ ਵੀ ਪੁੱਛ ਲਓ ਸਾਲ ਬਾਅਦ ਅਸੀਂ ਪੁੱਛਣਾ ਵੀ ਹੈ ਵੀ ਤੁਸੀਂ ਬੂਟਾ ਪਾਲ ਨਹੀਂ ਦਿੱਤਾ ਕਦਾਗੇ ਮੁੱਤੇ ਪੁੱਛਿਆ ਜੀ ਨੇ ਪਾਣੀ ਪੂਣੀ ਦਿੱਤਾ ਜੀ ਪਾਲਦੇ ਵੀ ਹੈ ਇਸ ਕਰਕੇ ਵੀ ਬੂਟੇ ਹਰੇਕ ਨੂੰ ਆਪਾਂ ਦੇਵਾਂਗੇ ਜਾਣਗੇ ਕਿ ਬੂਟਾ ਜ਼ਰੂਰ ਲੈ ਕੇ ਜਾਇਓ। ਤੇ ਹੁਣ ਪ੍ਰੈਸੀਡੈਂਟ ਸਾਹਿਬ ਨੂੰ ਦੋ ਮਿੰਟ ਲਈ ਬੇਨਤੀ ਹੈ ਕਿਰਪਾ ਕਰਕੇ ਉਹ ਆਪਣੇ ਵਿਚਾਰ ਪੇਸ਼ ਕਰਨ ਦੋ ਮਿੰਟ ਲਈ। ਇਹਦੇ ਮਗਰੋਂ ਮਾਸਟਰ ਪ੍ਰੀਤਮ ਕੁਮਾਰ ਜੀ ਦੇ ਬੇਟੇ ਹੈ ਸੰਜੀਵ ਕੁਮਾਰ ਜੀ ਤੇ ਉਹਨਾਂ ਨੂੰ ਵੀ ਅਸੀਂ ਦੋ ਮਿੰਟ ਦੇਵਾਂਗੇ ਪ੍ਰਿੰਸੀਪਲ ਸਾਹਿਬ।